ਆਸ਼ੀਰਵਾਦ ਜੀ। ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸ ਰਹੇ, ਪ੍ਰੇਮ ਦਾ ਮਾਰਗ ਹੈ। ਮਾਰੇ ਸੱਜੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ ਫਿਰ ਸਾਨੂੰ ਇਸ ਪ੍ਰੇਮ ਦੇ ਰਸਤੇ 'ਤੇ ਚੱਲਣਾ ਪਏਗਾ ਜਿਹਨੂੰ ਸੰਸਾਰ ਦੇ ਵਿੱਚ ਜੀਵ ਭੁੱਲ ਚੁੱਕੇ ਹੈ। ਜੈਸਵਰ ਸਾਹਿਬ ਮਾਰੇ ਫਰਮਾਉਂਦੇ ਨੇ, ਪੰਥਾ ਪ੍ਰੇਮ ਨਾ ਜਾ ਲਈ ਉਲੀ ਮੇਰੇ ਗਵਾਰ। ਹੁਣ ਜਦੋਂ ਜੀਵ ਇਹ ਮਾਲਕ ਨੂੰ ਜੋ ਮਿਲਾਪ ਦਾ ਰਸਤਾ ਪੰਥ ਇਸ ਨੂੰ ਛੱਡ ਦਿੰਦਾ, ਆਪਦੀ ਮਦਦ ਦੁਬਾਰਾ ਧਾਰ ਦੇ ਰਸਤੇ 'ਤੇ ਚੱਲਦਾ ਹੈ ਅਤੇ ਧਾਰ ਦੇ ਰਸਤੇ 'ਤੇ ਚੱਲਦਾ ਹੋਇਆ ਵੀ ਉਹ ਪਿਆਰ ਤਾਂ ਕਰਦਾ, ਪਰ ਉਹਦਾ ਜਿਹੜਾ ਪਿਆਰ ਫਿਰ ਮਾਇਆ ਦੇ ਨਾਲ ਹੁੰਦਾ ਹੈ। ਜਦੋਂ ਸਾਡਾ ਮਨ ਇੱਧਰ ਰਹਿ ਗੁਣਾਂ ਦੇ ਵਿੱਚ ਹੁੰਦਾ ਹੈ, ਵਿਚਾਰਾਂ ਦੇ ਵਿੱਚ ਹੁੰਦਾ ਹੈ, ਉਦੋਂ ਇਹ ਕਿਸੇ ਨਾ ਕਿਸੇ ਮੰਗ ਦੇ ਵਿੱਚ ਹੀ ਰਹਿੰਦਾ ਹੈ ਹਰ ਸਮੇਂ। ਚਾਹੇ ਉਹ ਮਨ ਦੀ ਮੰਗ ਵੱਡੀ ਹੋਵੇ ਚਾਹੇ ਛੋਟੀ ਹੋਵੇ, ਹੁੰਦੀ ਇਹਦੀ ਵਿੱਚ ਕੋਈ ਨਾ ਕੋਈ ਮੰਗ ਹੀ ਹੈ। ਇਸ ਲਈ ਜਿਹੜਾ ਮੰਗ ਵਾਲਾ ਪਿਆਰ ਹੈ ਸਵਾਰਥੀ ਪਿਆਰ ਹੈ, ਜ਼ਿਆਦਾ ਸਮਾਂ ਨਹੀਂ ਟੈਕਦਾ, ਜ਼ਿਆਦਾ ਸਮਾਂ ਚੱਲਦਾ ਨਹੀਂ ਹੈ। ਅੱਗੇ ਜੇ ਸਾਡਾ ਸਵਾਰਥ ਪੂਰਾ ਹੋ ਗਿਆ ਤਾਂ ਵੀ ਖਤਮ ਹੋ ਜਾਂਦਾ, ਅਤੇ ਜੇ ਨਹੀਂ ਸਵਾਰਥ ਪੂਰਾ ਹੋਇਆ ਫਿਰ ਵੀ ਟੁੱਟ ਜਾਂਦਾ ਹੈ ਵੀ ਜੋ ਅਸੀਂ ਮੰਗਿਆ ਸੀ ਉਹ ਤਾਂ ਸਾਨੂੰ ਮਿਲਿਆ ਨਹੀਂ ਹੈ। ਇਸ ਕਰਕੇ ਮਾੜੇ ਕਹਿੰਦੇ ਵੀ ਇਹ ਜਿਹੜਾ ਪਿਆਰ ਫਿਰ ਇਹ ਝੂਠਾ ਹੈ, ਜਗਤ ਦਾ ਜਿਹੜਾ ਪਿਆਰ ਮਾਇਆ ਦਾ ਮੋਹ ਇਹ ਝੂਠਾ ਹੈ। ਸੰਸਾਰ ਦੇ ਵਿੱਚ ਵੀ ਜੀਵ ਇੱਕ ਦੂਸਰੇ ਨੂੰ ਝੂਠਾ ਪਿਆਰ ਕਰਦੇ ਕਿਉਂਕਿ ਸਵਾਰਥ ਦੇ ਵਿੱਚ ਨਾਲ ਇੱਕ ਦੂਸਰੇ ਨਾਲ ਬੰਧਨਾਂ 'ਚ ਬੱਝੇ ਹੋਏ ਨੇ। ਇਸ ਲਈ ਫਰਮਾਉਂਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗਿਓ ਕਿਆ ਦਾਰਾ ਕਿਆ ਮੀਤ। ਮਹਾਰਾਜ ਕਹਿੰਦੇ ਇੱਥੇ ਸਾਰੇ ਆਪੋ ਆਪਣੇ ਸਵਾਰਥ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ ਬੰਧਨਾਂ ਦੇ ਵਿੱਚ। ਸੋ ਇਸ ਕਰਕੇ ਅਸੀਂ ਬੰਧਨਾਂ 'ਚ ਬੱਝੇ ਹੋਣ ਕਰਕੇ ਸਾਡਾ ਜਿਹੜਾ ਪਿਆਰ ਉਹ ਵੀ ਸਾਨੂੰ ਫਿਰ ਬੰਧਨਾਂ ਦੇ ਵਿੱਚ ਬੱਝਦਾ ਹੈ। ਕਿਉਂਕਿ ਸਾਨੂੰ ਪਤਾ ਨਹੀਂ ਵੀ ਅਸੀਂ ਜਿਹੜਾ ਪਿਆਰ ਵੀ ਫਿਰ ਆਪਣੀ ਮੱਤ ਦੁਆਰਾ ਜਿਹੜਾ ਸਾਨੂੰ ਮਾਇਆ ਦੇ ਨਾਲ ਬੰਨਦਾ ਹੈ ਉਹ ਅਸੀਂ ਫਿਰ ਇੱਧਰ ਜਿਹੜਾ ਪਿਆਰ ਕਰਦੇ ਹਾਂ ਜਿਹਨੂੰ ਮੋਹ ਕਹਿੰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਮਨਮੁੱਖ ਜੀਵ ਹੈ ਜਿਹੜਾ ਉਹ ਮਾਇਆ ਦੇ ਮੋਹ ਦੇ ਵਿੱਚ ਸੁੱਤਾ ਹੁੰਦਾ ਹੈ। ਮਨਮੁੱਖ ਸੁੱਤਾ ਮਾਇਆ ਮੋਹ ਪਿਆਰ, ਵੀ ਪਿਆਰ ਤਾਂ ਉਹ ਵੀ ਕਰਦਾ ਪਰ ਮਾਇਆ ਦੇ ਨਾਲ ਕਰਦਾ, ਮਾਇਆ ਦੇ ਨਾਲ ਕਰਨ ਕਰਕੇ ਸੁੱਤਾ ਪਿਆ। ਸੋ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਮਾਲਕ ਦੇ ਨਾਲ ਜਿਹੜਾ ਪ੍ਰੇਮ ਕਰਨਾ ਉਹਦੇ ਵਿੱਚ ਕੋਈ ਸਵਾਰਥ ਨਹੀਂ ਰੱਖਣਾ ਹੁੰਦਾ। ਆਪਾਂ ਸੰਗਤ ਦੇ ਵਿੱਚ ਇਸ ਕਰਕੇ ਨਹੀਂ ਆਉਣਾ ਵੀ ਕੋਈ ਸਾਡੀ ਜਿਹੜੀ ਮੰਗ ਹੈ ਉਹ ਪੂਰੀ ਹੋਵੇ ਅਤੇ ਅਸੀਂ ਫੇਰ ਆਵਾਂਗੇ।
ਜਾਂ ਸਾਡੀ ਆਹ ਇੱਛਾ ਪੂਰੀ ਹੋਵੇ ਸੰਸਾਰ ਦੀ, ਸਾਡਾ ਆਹ ਕੰਮ ਬਣ ਜੇ, ਅਸੀਂ ਤਾਂ ਸਿਮਰਨ ਕਰਾਂਗੇ, ਤਾਂ ਅਸੀਂ ਗੁਰਬਾਣੀ ਪੜ੍ਹਾਂਗੇ, ਇੰਨੇ ਪਾਠ ਕਰਾਂਗੇ,